ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਪ੍ਰਾਈਮ ਟਾਈਮ ਦੇ ਵਿੱਚ ਗੱਲ ਕਰਾਂਗੇ ਸੂਬੇ ਪੰਜਾਬ ਦੀ ਤੇ ਦੇਸ਼ ਵਿਦੇਸ਼ ਦੀ ਨਿੱਕੀ ਅਤੇ ਵੱਡੀ ਖਬਰ ਦੀ ਦੋਸਤੋ ਵੀਡੀਓ ਅੰਤ ਤੱਕ ਦੇਖਿਓ ਤੁਹਾਡੇ ਤੋਂ ਕੋਈ ਵੀ ਖਬਰ ਆ ਜਿਹੜੀ ਲੇਟੈਸਟ ਅਪਡੇਟ ਆ ਉਹ ਮਿਸ ਨਹੀਂ ਹੋਵੇਗੀ ਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸ਼ੁਰੂਆਤ ਕਰਦੇ ਹਾਂ ਜੀ ਲੋਕਾਂ ਦਾ ਕਾਂਗਰਸ ਪਾਰਟੀ ਤੋਂ ਵਿਸ਼ਵਾਸ ਮੁੱਕਿਆ ਦੇਸ਼ ਭਰ ਵਿੱਚ ਉਹ ਕਾਂਗਰਸ ਹੋਈ ਖਤਮ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਕ ਵਕ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਆਏ ਨਤੀਜਿਆਂ ਦੇ ਸਬੰਧੀ ਕਿਹਾ ਹੈ ਕਿ ਕਾਂਗਰਸ ਪਾਰਟੀ ਦੇਸ਼ ਭਰ ਦੇ ਵਿੱਚ ਉਹ ਖਤਮ ਹੋਊਗੀ ਹੈ ਕਿਉਂਕਿ ਹੁਣ ਦੇਸ਼ ਦੇ ਲੋਕਾਂ ਦਾ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ ਨਹੀਂ ਰਿਹਾ ਇਸ ਦੇ ਨਾਲ ਹੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਫੋਟੋਪਾਉ ਰਾਜਨੀਤੀ ਨੂੰ ਹਰਾ ਕੇ ਕਰਾਰਾ ਜਵਾਬ ਦਿੱਤਾ ਹੈ ਸਾਰੇ ਨਿੱਜੀ ਸਕੂਲਾਂ ਨੂੰ ਹਦਾਇਤਾਂ ਕੋਵਿਡ ਸਾਰੇ ਨਿੱਜੀ ਹਸਪਤਾਲਾਂ ਨੂੰ ਹਦਾਇਤਾਂ ਕੋਵਿਡ ਦੇ ਇਲਾਜ ਲਈ ਬੈੱਡ ਸਮਰੱਥਾ ਨੂੰ ਤੁਰੰਤ 25% ਤੱਕ ਵਧਾਇਆ ਜਾਵੇ ਜਿਵੇਂ ਕਿ ਹਸਪਤਾਲਾਂ ਦੇ ਵਿੱਚ ਲਗਭਗ ਸਾਰੇ ਬੈੱਡ ਭਰ ਚੁੱਕੇ ਹਨ ਡਿਪਟੀ ਕਮਿਸ਼ਨਰ ਲੁਧਿਆਣਾ ਵਿਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਾਰੇ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਕੋਵਿਡ ਮਰੀਜ਼ਾਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਅੱਜ ਸ਼ਾਮ ਤੱਕ ਬੈੱਡ ਸਮਰੱਥਾ ਨੂੰ ਘੱਟੋ-ਘੱਟ 25% ਤੱਕ ਵਧਾਇਆ ਜਾਵੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡੀ ਡੀ ਐਲ ਜੀ ਅਮਿਤ ਬੈਂਬੀ ਅਤੇ ਸਿਵਲ ਸਰਜਨ ਡਾਕਟਰ ਕਿਰਨ ਆਲੂਵਾਲੀਆ ਗਿੱਲ ਦੇ ਨਾਲ ਹਸਪਤਾਲਾਂ ਦੇ ਵਿੱਚ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਵਿੱਚ ਕਰੋਨਾ ਵਾਇਰਸ ਦੇ ਭਿਆਨਕ ਰੂਪ ਧਾਰਨ ਨਾਲ ਲਗਭਗ ਲੈਵਲ 3 ਦੇ ਸਾਰੇ ਬੈੱਡ ਭਰ ਚੁੱਕੇ ਨੇ ਬੈੱਡਾਂ ਦੀ ਸਮਰੱਥਾ ਵਧਾਉਣ ਦੀ ਫੌਰੀ ਜ਼ਰੂਰਤ ਹੈ ਕਰੋਨਾ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੀ ਸੂਬੇ ਦੇ ਮੁੱਖ ਮੰਤਰੀ ਸਣੇ ਲੋਕਾਂ ਨੂੰ ਅਪੀਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਆਖਿਆ ਕਿ ਉਹ ਲਗਾਤਾਰ ਵਿਗੜ ਰਹੇ ਕਰੋਨਾ ਮਹਾਮਾਰੀ ਹਾਲਾਤਾਂ ਦੀ ਸਮੀਖਿਆ ਵਾਸਤੇ ਡਿਪਟੀ ਕਮਿਸ਼ਨਰਾਂ ਨਾਲ ਸਿੱਧੀ ਮੀਟਿੰਗ ਕਰਨ ਤਾਂ ਜੋ ਦ੍ਰਿਸ਼ਟੀ ਪਰ ਇੱਕ ਕਦਮ ਚੁੱਕੇ ਜਾ ਸਕਣ ਉਹਨਾਂ ਨੇ ਪੰਜਾਬੀਆਂ ਨੂੰ ਛੇਤੀ ਤੋਂ ਛੇਤੀ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਉਹਨਾਂ ਨੇ ਲੋੜਵੰਦ ਮਰੀਜ਼ਾਂ ਨੂੰ ਯੂਥ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਪਲਾਜ਼ਮਾ ਬੈਂਕ ਸਹੂਲਤ ਦਾ ਲਾਭ ਲੈਣ ਲਈ ਵੀ ਆਖਿਆ ਮੋਦੀ ਨੇ ਦੀਦੀ ਦੀ ਜਿੱਤ ਦੀਦੀ ਨੂੰ ਜਿੱਤ ਤੇ ਵਧਾਈ ਦਿੰਦਿਆਂ ਕਿਹਾ ਕਰੋਨਾ ਨਾਲ ਲੜਨ ਦੇ ਵਿੱਚ ਹਰ ਕੋਈ ਬੰਗਾਲ ਦੀ ਮਦਦ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ EMC ਦੀ ਮੁਖੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਵਿੱਚ ਚੋਣਾਂ ਦੇ ਵਿੱਚ ਇਤਿਹਾਸਿਕ ਜਿੱਤ ਦੀ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਕੇਂਦਰੀ ਕੇਂਦਰ ਪੱਛਮੀ ਬੰਗਾਲ ਸਰਕਾਰ ਨੂੰ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਕਰੋਨਾ ਮਹਾਮਾਰੀ ਨੂੰ ਦੂਰ ਕਰਨ ਦੇ ਲਈ ਹਰ ਸੰਭਵ ਸਹਾਇਤਾ ਦਿੰਦਾ ਰਹੇਗਾ ਸਿਵਲ ਹਸਪਤਾਲ ਮੋਗਾ ਵਿੱਚੋਂ ਕਰੋਨਾ ਪੋਜ਼ਿਟਿਵ ਕੈਦੀ ਪੁਲਿਸ ਦੀ ਹਿਰਾਸਤ ਵਿੱਚੋਂ ਹੋਇਆ ਫਰਾਰ ਮੋਗਾ ਦੇ ਸਿਵਲ ਹਸਪਤਾਲ ਵਿੱਚ ਕਰੋਨਾ ਪੋਜ਼ਿਟਿਵ ਕੈਦ ਦੀ ਜਿਸ ਤੇ ਥਾਣਾ ਫਤਿਹਗੜ੍ਹ ਪੰਜਦੂਰ ਚ ਇੱਕ ਲੜਕੀ ਨੂੰ ਭਜਾ ਕੇ ਲਜਾਉਣ ਦਾ ਮਾਮਲਾ ਦਰਜ ਸੀ ਸਿਵਲ ਹਸਪਤਾਲ ਮੋਗਾ ਵਿੱਚ ਕੁਝ ਦਿਨ ਪਹਿਲਾਂ ਭਰਤੀ ਕਰਵਾਇਆ ਗਿਆ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਪਿੰਡ ਮੁਜਾਪੁਰ ਜਿਸ ਤੇ ਲੜਕੀ ਨੂੰ ਵਰਗਲਾ ਕੇ ਲਜਾਉਣ ਦਾ ਮਾਮਲਾ ਦਰਜ ਸੀ ਉਕਤ ਮਰੀਜ਼ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮੋਗਾ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਕੈਦੀ ਦੀ ਨਿਗਰਾਨੀ ਹੈੱਡ ਕਾਂਸਟੇਬਲ ਅੰਗਰੇਜ਼ ਸਿੰਘ ਤੇ ਹਰਪ੍ਰੀਤ ਸਿੰਘ ਕਰ ਰਹੇ ਸਨ ਕੈਦੀ ਹਸਪਤਾਲ ਦੇ ਕਰੋਨਾ ਵਾਰਡ ਵਿੱਚ ਦਾਖਲ ਸੀ ਕੌਨਸਟੇਬਲ ਬਾਹਰ ਬੂਹੇ ਤੇ ਬੈਠਾ ਸੀ ਜਦੋਂ ਉਕਤ ਕੈਦੀ ਕਮਰੇ ਦੇ ਮਗਰਲੇ ਪਾਸਿਓਂ ਬਾਰੀ ਦਾ ਸ਼ੀਸ਼ਾ ਤੋੜ ਕੇ ਸਮੇਤ ਹੱਥਕੜੀ ਫਰਾਰ ਹੋ ਗਿਆ ਬਟਾਲਾ ਤੋਂ ਭਾਜਪਾ ਦੇ ਤਿੰਨ ਵਾਰ ਵਿਧਾਇਕ ਰਹੇ ਜਗਦੀਸ਼ ਸਹਾਣੀ ਨਹੀਂ ਰਹੇ ਹਸਪਤਾਲ ਚੋਂ ਲੈ ਆਖਰੀ ਸਾਹ ਬਟਾਲਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਚੀਫ ਪਾਰਲੀਮੈਂਟ ਸਕੱਤਰ ਰਹਿਤ ਜਗਦੀਸ਼ ਸਹਾਨੀ ਦਾ ਕੱਲ ਦਿਹਾਂਤ ਹੋ ਗਿਆ 77 ਸਾਲ ਦੇ ਜਗਦੀਸ਼ ਸਹਾਨੀ ਐਤਵਾਰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਸਹਾਨੀ ਕਾਫੀ ਸਮੇਂ ਤੋਂ ਡਾਇਬਟੀਜ਼ ਦੇ ਮਰੀਜ਼ ਸਨ ਜਿਨ੍ਹਾਂ ਨੂੰ ਹਾਲਤ ਖਰਾਬ ਹੋਣ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਕਰੋਨਾ ਸਖਤੀ 15 ਮਈ ਤੱਕ ਸਿਰਫ ਕੈਮਿਸਟ ਸ਼ਾਪ ਦੁੱਧ ਬਰੈਡ ਸਬਜ਼ੀਆਂ ਫਰੂਟ ਡੇਰੀ ਅਤੇ ਪੋਲਟਰੀ ਉਤਪਾਦ ਮੀਟ ਤੇ ਅੰਡੇ ਨੂੰ ਰਹੇਗੀ ਸ਼ੋਰਟ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਸੇਤੀਆ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਅੱਜ ਲਾਗੂ ਹੋ ਗਏ ਨੇ ਤੇ 15 ਮਈ ਤੱਕ ਲਾਗੂ ਰਹਿਣਗੇ ਪਹਿਲਾ ਮੰਗ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 6:00 ਤੋਂ ਸਵੇਰੇ 5:00 ਵਜੇ ਤੱਕ ਰਹੇਗਾ ਬਰਨਾਲਾ ਦੇ ਵਿੱਚ 16 ਸਾਲਾ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਦੇ ਨਾਲ ਮੌਤ ਗਰਮੀ ਦੀ ਵੱਧ ਦੀ ਗਰਮੀ ਤੋਂ ਰਾਹਤ ਪਾਉਣ ਲਈ 6 ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਗਏ ਜਸ਼ਨਦੀਪ ਦੀ ਨਹਿਰ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਬੰਡੂਂਗਰ ਘਰ ਦੇ ਵਿੱਚ ਹੋਏ ਇਕਾਂਤਵਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਂਗਰ ਨੇ ਖੁਦ ਨੂੰ ਕਰ ਦੇ ਵਿੱਚ ਇਕਾਂਤ ਵਾਸ ਕਰ ਲਿਆ ਪ੍ਰੋਫੈਸਰ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਪੁੱਤਰ ਸਬ ਇਨਸਪੈਕਟਰ ਇੰਦਰਪ੍ਰੀਤ ਸਿੰਘ ਤੇ ਧੀ ਅਮਰਵੀਰ ਕੌਰ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ ਡਾਕਟਰੀ ਸਲਾਹ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਘਰ ਦੇ ਵਿੱਚ ਇਕਾਂਤ ਵਾਸ ਕਰ ਲਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੁਲਿਸ ਨੇ ਲੰਗਾ ਦੇ ਵੱਡੇ ਮੁੰਡੇ ਨੂੰ ਚੁੱਕਿਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਚਾ ਸਿੰਘ ਲੰਗਾ ਨੇ ਕਿਹਾ ਕਿ ਉਸ ਦਾ ਵੱਡਾ ਬੇਟਾ ਪ੍ਰਕਾਸ਼ ਸਿੰਘ ਗੁਰਦਾਸਪੁਰ ਤੋਂ ਕੱਪੜੇ ਖਰੀਦਣ ਗਿਆ ਸੀ ਜਿਸ ਨੂੰ ਪੁਲਿਸ ਨੇ ਚੱਕ ਲਿਆ ਮਿਨੀ ਲਾਕਡਾਊਨ ਇਨ ਪੰਜਾਬ ਪੰਜਾਬ ਦੇ ਵਿੱਚ 15 ਮਈ ਤੱਕ ਲਾਕਡਾਊਨ ਸਿਰਫ ਜ਼ਰੂਰੀ ਦੁਕਾਨਾਂ ਖੁੱਲਣਗੀਆਂ ਦੋਸਤੋ ਚੰਡੀਗੜ੍ਹ ਤੋਂ ਵੱਡੀ ਖਬਰ ਆ ਗਈ ਹੈ ਜੀ ਹਰਿਆਣਾ ਦੀ ਤਰਜ਼ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਵੀ ਲਾਕਡਾਊਨ ਸੂਬੇ ਪੰਜਾਬ ਦੇ ਵਿੱਚ ਲਾ ਦਿੱਤਾ ਹੈ ਜੀ 15 ਮਈ ਤੱਕ ਮਿਨੀ ਲਾਕਡਾਊਨ ਜਾਰੀ ਰਹੇਗਾ ਇਸ ਦੌਰਾਨ ਰਾਜ ਦੇ ਵਿੱਚ ਸਿਰਫ ਜ਼ਰੂਰੀ ਦੁਕਾਨਾਂ ਹੀ ਖੁੱਲੀਆਂ ਰਹਿਣਗੀਆਂ ਗੈਰ ਜ਼ਰੂਰੀ ਦੁਕਾਨਾਂ ਰਾਜ ਵਿੱਚ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਇਹ ਫੈਸਲਾ ਕੋਵਿਡ ਦੇ ਵੱਧ ਦੇ ਮਾਮਲੇ ਕਾਰਨ ਲਿਆ ਗਿਆ ਹੈ ਬੈਂਕ ਅਤੇ ਸਰਕਾਰੀ ਦਫ਼ਤਰ 50% ਦੀ ਸਮਰੱਥਾ ਨਾਲ ਖੁੱਲਣਗੇ ਕਾਰ ਟੈਕਸੀ ਵਗੈਰਾ 'ਚੋਂ 2 ਤੋਂ ਜ਼ਿਆਦਾ ਲੋਕ ਨਹੀਂ ਬੈਠ ਸਕਣਗੇ ਵਿਆਹ ਤੇ ਅੰਤਿਮ ਸੰਸਕਾਰ 10 ਲੋਕਾਂ ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ ਮਿਨੀ ਲਾਕਡਾਊਨ ਦੇ ਦੌਰਾਨ ਕਰੀਆਨਾ ਦੁੱਧ ਮੀਟ ਆਂਡੇ ਦਵਾਈਆਂ ਦੀਆਂ ਦੁਕਾਨਾਂ ਮੈਡੀਕਲ ਲੈਬ ਆਦ ਖੁੱਲਣਗੇ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ 72 ਘੰਟੇ ਪੁਰਾਣੀ ਆਈਟੀ ਪੀਸੀਆਰ ਰਿਪੋਰਟ ਦਿਖਾਣੀ ਹੋਵੇਗੀ ਜੇਕਰ ਕਿਸੇ ਨੂੰ ਸਿੰਗਲ ਡੋਜ਼ ਵੈਕਸੀਨ ਲੱਗੀ ਆ ਤਾਂ 2 ਹਫ਼ਤੇ ਤੋਂ ਜ਼ਿਆਦਾ ਸਮਾਂ ਨਹੀਂ ਹੋਣਾ ਚਾਹੀਦਾ ਪ੍ਰਾਈਵੇਟ ਦਫ਼ਤਰ ਦੇ ਬਾਰੇ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕੁਝ ਨਹੀਂ ਕਿਹਾ ਗਿਆ ਅੰਦੋਲਨ ਤੋਂ ਵਾਪਸ ਆਏ ਇੱਕ ਹੋਰ ਕਿਸਾਨ ਦੀ ਮੌਤ ਤੋਂ ਵੱਡੀ ਖਬਰ ਸੰਗਰੂਰ ਤੋਂ ਆ ਰਹੀ ਹੈ ਜਿੱਥੇ ਵਾਪਸ ਆਏ ਸੰਗਰੂਰ ਦਾ ਵਸਨੀਕ ਅਮਰਜੀਤ ਸਿੰਘ ਪੁੱਤਰ ਰਿਸ਼ਿਤ ਸਿੰਘ ਕ੍ਰਿਸ਼ਨਾ ਬਸਤੀ ਪਟਿਆਲਾ ਗੇਟ ਨੇ ਵੀ ਕਿਸਾਨ ਅੰਦੋਲਨ ਤੋਂ ਵਾਪਸ ਪਰਤਿਆ ਸੀ ਤੇ ਬਿਮਾਰ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਵੀ ਰੋਜ਼ਾਨਾ ਵਿੱਚ ਮਮਤਾ ਬੇਨਰਜੀ ਨੂੰ ਬੰਪਰ ਜਿੱਤ ਦੀ ਦਿੱਤੀ ਵਧਾਈ ਸੋ ਵੱਡੀ ਖਬਰ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਮੌਸਮ ਦੇ ਬਦਲੇ ਮਜਾਜ ਨਾਲ ਗਰਮੀ ਤੋਂ ਮਿਲੇਗੀ ਰਾਹਤ। ਬਦਲਵਾਈ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਮੀਂਹ ਆਉਣ ਦੀ ਸੰਭਾਵਨਾ ਕਰਕੇ ਕਿਸਾਨਾਂ ਨੂੰ ਬਜਾਈ ਕੀਤੇ ਨਰਮੇ ਦੇ ਕਣਡ ਹੋਣ ਅਤੇ ਮੰਡੀਆਂ ਵਿੱਚ ਕਣਕ ਦੀ ਫਸਲ ਭਿੱਜਣ ਦਾ ਡਰ ਸਤਾ ਰਿਹਾ ਹੈ ਜਿੰਤੋਂ ਤੱਕ ਮਮਕਿਨ ਹੋਵੇਗਾ ਵਿਆਜ ਦਰਾਂ ਸਥਿਰ ਰੱਖਾਂਗੇ ਐਸਬੀਆਈ ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ ਨੇ ਅਰਥਚਾਰੇ ਦੇ ਵਾਅਦੇ ਨੂੰ ਸਮਰਥਨ ਦੇਣ ਲਈ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਵਾਦਾ ਕੀਤਾ ਬੈਂਕ ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਕਿਹਾ ਹੈ ਕਿ ਲਾਕਡਾਊਨ ਪੂਰੇ ਭਾਰਤ 'ਚ ਨਹੀਂ ਲੱਗਾ ਜਿਹੇ ਚੋਂ ਸਾਨੂੰ ਬੈਂਕਿੰਗ ਖੇਤਰ ਅਤੇ ਇਸ ਦੇ ਅਸਰ ਦੀ ਸਮੀਖਿਆ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਖਾਰਾ ਦਾ ਕਹਿਣਾ ਹੈ ਕਿ ਵਿਆਜ ਦਰਾਂ ਤੇ ਮੰਗ ਆਈ ਸਮੇਤ ਚੀਜ਼ਾਂ ਦਾ ਸਿੱਧਾ ਅਸਰ ਦਿਖਾਈ ਦਿੰਦਾ ਹੈ ਮੌਜੂਦਾ ਸਮੇਂ ਬੈਂਕ ਦੀ ਕੋਸ਼ਿਸ਼ ਆਰਥਿਕ ਵਾਦੇ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣਾ ਇਹ ਪੱਕਾ ਕਰਨ ਲਈ ਜਿੰਤੋਂ ਤੱਕ ਮਮਕਨ ਹੋ ਸਕੇ ਬੈਂਕ ਵਿਆਜ ਦਰਾਂ ਨੂੰ ਹੇਠਲੇ ਪੱਧਰ ਤੇ ਬੰਨ੍ਹਾਏ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ ਦਿੱਲੀ ਮੋਰਚੇ ਤੋਂ ਪਰਤੇ ਪਿੰਡ ਵਜੀਦਪੁਰ ਦੇ ਕਿਸਾਨ ਨੇ ਫਹਾ ਲੈ ਕੇ ਕੀਤੀ ਖੁਦਕੁਸ਼ੀ ਕਿਸਾਨੀ ਸੰਘਰਸ਼ ਤੋਂ ਪਰਤੇ ਪਿੰਡ ਵਜੀਦਪੁਰ ਦੇ ਕਿਸਾਨ ਨੇ ਫਹਾ ਲੈ ਕੇ ਖੇਤਾਂ ਦੇ ਵਿੱਚ ਮੋਟਰ ਦੇ ਕਮਰੇ ਚ ਜਾ ਕੇ ਖੁਦਕੁਸ਼ੀ ਕਰ ਲਈ ਮਰਹੂਮ ਕਿਸਾਨ ਲਖਵਿੰਦਰ ਸਿੰਘ 28 ਸਾਲ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਤੋਂ ਉਹ ਨੌਜਵਾਨ ਦਿੱਲੀ ਮੋਰਚੇ ਤੋਂ ਵਾਪਸ ਆਇਆ ਉਦੋਂ ਤੋਂ ਹੀ ਪਰੇਸ਼ਾਨ ਰਹਿੰਦਾ ਸੀ ਮਮਤਾ ਬੈਨਰਜੀ ਨੇ ਕਿਹਾ ਜੇ ਪੂਰੇ ਦੇਸ਼ ਨੂੰ ਨਹੀਂ ਮਿਲੀ ਫ੍ਰੀ ਵੈਕਸੀਨ ਤਾਂ ਕਰਾਂਗੀ ਅੰਦੋਲਨ ਸੋ ਵੱਡਾ ਐਲਾਨ ਮਮਤਾ ਨੇ ਕੀਤਾ ਉਹਨੇ ਕਿਹਾ ਜੀ ਅਸੀਂ ਜਸ਼ਨ ਨਹੀਂ ਮਨਾਵਾਂਗੇ ਇੱਕ ਛੋਟੀ ਜੀ ਰਸਮਾਦਾ ਕਰਨ ਤੋਂ ਬਾਅਦ ਅਸੀਂ ਕੋਵਿਡ ਦੀ ਲੜਾਈ ਵਿੱਚ ਸ਼ਾਮਲ ਹੋ ਜਾਵਾਂਗੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦਸਾ ਪਿੰਡਾਂ ਦੇ ਵਿੱਚ ਲਾਏ ਜਾਣਗੇ ਅੱਜ ਕਰੋਨਾ ਵੈਕਸੀਨ ਕੈਂਪ ਡੀਸੀ ਬਠਿੰਡਾ ਬੀ ਸ਼੍ਰੀ ਨਿਵਾਸਨ ਨੇ ਦੱਸਿਆ ਹੈ ਕਿ ਕਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਦੇਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਕਰੋਨਾ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਕਰੋਨਾ ਵੈਕਸੀਨੇਸ਼ਨ ਲਈ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਸ਼ੇਸ਼ ਕੈਂਪ ਲਾਏ ਜਾਣਗੇ ਪੰਜਾਬ ਦੇ ਵਿੱਚ ਜਾਰੀ ਨਵੇਂ ਨਿਯਮ 15 ਮਈ ਤੱਕ ਲਾਕਡਾਊਨ ਵਰਗੀਆਂ ਸਖਤ ਪਾਬੰਦੀਆਂ ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਜਾਰੀ ਆ ਫਿਲਹਾਲ ਘਾਤਕ ਕਰੋਨਾ ਦੀ ਰਫਤਾਰ ਰੁਕਦੇ ਹੋਏ ਨਜ਼ਰ ਨਹੀਂ ਆ ਰਹੀ ਇਸ ਵਿਚਾਲੇ ਪੰਜਾਬ ਸਰਕਾਰ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪਬਲਿਕ ਟਰਾਂਸਪੋਰਟ ਜਿਵੇਂ ਬੱਸਾਂ ਟੈਕਸੀਆਂ ਤੇ ਆਟੋਜ਼ ਵਿੱਚ ਕੁੱਲ ਸਮਰੱਥਾ ਨਾਲ 50% ਦੀ ਸਵਾਰੀਆਂ ਨੂੰ ਹੀ ਬਿਠਾਇਆ ਜਾ ਸਕੇਗਾ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਵਿੱਚ ਹਰ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ ਆੜਤੀਆਂ ਕਿਸਾਨਾਂ ਨੇ ਲੱਡੂ ਵੰਡ ਕੇ ਤੇ ਆਤਿਸ਼ਬਾਜ਼ੀ ਚਲਾ ਕੇ ਮੋਦੀ ਦੀ ਹਾਰ ਤੇ ਮਮਤਾ ਦੀ ਜਿੱਤ ਤੇ ਖੁਸ਼ੀ ਪ੍ਰਗਟਾਈ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਪਾਸ ਕੀਤੇ ਕਾਲੇ ਕਾਨੂੰਨਾਂ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਉਪਰੰਤ ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਕਈ ਸੂਬਿਆਂ ਦੇ ਵਿੱਚ ਮੋਦੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਮੋਦੀ ਸਰਕਾਰ ਦੇ ਵੱਲੋਂ ਮਮਤਾ ਬੈਨਰਜੀ ਨੂੰ ਹਰਾਉਣ ਦੇ ਲਈ ਅੱਡੀ ਚੂਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਨਾਜ ਮੰਡੀ ਦੇ ਵਿੱਚ ਲੋਕਾਂ ਵੱਲੋਂ ਤੇ ਕਿਸਾਨਾਂ ਵੱਲੋਂ ਆਰਤੀਆਂ ਵੱਲੋਂ ਲੰਡੂ ਵੱੱਢ ਕੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ ਪੱਛਮੀ ਬੰਗਾਲ ਦੇ ਹੁਗਲੀ ਵਿੱਚ ਬੀਜੇਪੀ ਦੇ ਦਫ਼ਤਰ ਨੂੰ ਲੱਗੀ ਅੱਗ ਟੀਐਮਸੀ ਸਮਰਥਕਾਂ ਤੇ ਲੱਗੇ ਇਲਜ਼ਾਮ ਵਾਜਬਾ ਦੀ ਹਾਰ ਤੋਂ ਖੁਸ਼ੀ ਵਿੱਚ ਕਿਸਾਨ ਆਗੂਆਂ ਨੇ ਬਠਿੰਡ ਸਿੰਘੂ ਬਾਰਡਰ ਤੇ ਮਠਿਆਈਆਂ ਵੰਡ ਕੇ ਕੀਤੀ ਖੁਸ਼ੀ ਜ਼ਾਹਰ ਪੰਜਾਬ ਦੇ ਵਿੱਚ ਬਾਹਰਲੇ ਲੋਕਾਂ ਦੀ ਐਂਟਰੀ ਤੇ ਹੋਰ ਬੰਦਸ਼ਾਂ ਬਾਰੇ ਨਵੇਂ ਹੁਕਮ ਜਾਰੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਦਿਨੋ-ਦਿਨ ਵਧ ਰਹੇ ਕਰੋਨਾ ਦੇ ਮਰੀਜ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਸੂਬੇ ਦੇ ਅੰਦਰ ਬਾਹਰਲੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਐਂਟਰੀ ਬਾਰੇ ਨਵੇਂ ਹੁਕਮ ਜਾਰੀ ਕੀਤੇ ਹਨ ਜਿਸ ਦੇ ਤਹਿਤ ਹੁਣ ਪੰਜਾਬ ਵਿੱਚ ਐਂਟਰ ਹੋਣ ਲਈ ਆਪਣੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਤੇ ਨਾਲ ਹੀ ਕਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਵੀ ਲਾਜ਼ਮੀ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਅਮਰਤਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਨਾਜਾਇਜ਼ ਸ਼ਰਾਬ ਨਿਰਮਾਣ ਜੁੰਡ ਦਾ ਕੀਤਾ ਪਰਦਾਫਾਸ਼ ਸ਼ਰਾਬ ਦੇ ਤਸਕਰਾਂ ਵਿਰੁੱਧ ਨਾਕਾਬਲੇ برداشت ਰਵਈਆ ਅਖਤਿਆਰ ਕਰਦਿਆ ਅਮਰਤਸਰ ਪੁਲਿਸ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਲੋਪੋਗੇ ਦੇ ਪਿੰਡ ਬੋਪਰਾਇ ਖੁਰਦ ਵਿਖੇ ਛਾਪੇਮਾਰੀ ਦੌਰਾਨ ਇੱਕ ਹੋਰ ਨਜਾਇਜ਼ ਸ਼ਰਾਬ ਨਿਰਮਾਣ ਜੁੰਟ ਦਾ ਪਰਦਾਫਾਸ਼ ਕੀਤਾ ਪੰਜਾਬ ਸਿਵਲ ਸਕੱਤਰੇਤ ਦੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਕਰੋਨਾ ਦੇ ਕਾਰਨ ਹੋਇਆ ਦੇਹੰਤ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜੋ ਮਿਨੀ ਸਕੱਤਰੇਤ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ శాఖਾ ਦੇ ਵਿੱਚ ਬਤੌਰ ਸੀਨੀਅਰ ਸਹਾਇਕ ਤਨਾਇਤ ਸਨ ਕਾਫੀ ਦਿਨਾਂ ਤੋਂ ਕਰੋਨਾ ਪੀੜਤ ਸਨ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਚੋਣ ਨਤੀਜਿਆਂ ਦੇ ਐਲਾਨ ਪਿੱਛੋਂ ਪੰਜਾਬ ਵੱਲ ਫੋਕਸ ਕਰੇਗੀ ਕਾਂਗਰਸ ਹਾਈ ਕਮਾਂਡ ਕੈਪਟਨ ਸਿੱਧੂ ਵਿਵਾਦ ਤੇ ਚਰਚਾ ਪੂਰੀ ਤਰ੍ਹਾਂ ਸੰਭਾਵਨਾ ਹੈ ਜੀ ਕਾਂਗਰਸ ਦੇ ਵਿਚਾਲੇ ਚੱਲ ਰਹੀ ਹੈ ਕਿ ਚੋਣ ਨਤੀਜਿਆਂ ਦੇ ਐਲਾਨੇ ਜਾਣ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਸਾਬਕਾ ਮੰਤਰੀ ਨਵਜੋਤ ਸਿੱਧੂ ਦਰਮਿਆਨ ਚੱਲ ਰਹੀ ਸੀਤ ਜੰਗ ਦੇ ਮੁੱਦੇ ਤੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਬੰਗਾਲ ਦੇ ਨਤੀਜੇ ਬਦਲਣਗੇ ਮਿਸ਼ਨ 2024 ਦਾ ਰੁਖ ਮਮਤਾ ਬਣੇਗੀ ਕੌਮੀ ਲੀਡਰ ਉੱਤਰ ਪ੍ਰਦੇਸ਼ ਤੋਂ ਬਾਅਦ 294 ਸੀਟਾਂ ਦੀ ਸਭ ਤੋਂ ਵੱਡੀ ਸੰਖਿਆ ਹੈ ਅਜਿਹੀ ਸਥਿਤੀ ਵਿੱਚ ਦੇਸ਼ ਦਾ ਸਭ ਤੋਂ ਵੱਡਾ ਰਾਜਨੀਤਿਕ ਰਾਜ ਜਿਤਨਾ ਮੋਦੀ ਤੇ ਭਾਜਪਾ ਲਈ ਇੱਕ ਸੁਪਨਾਇ ਦੇ ਵਰਗਾ ਹੋਣਾ ਸੀ ਪਰ ਬੀਜੇਪੀ ਦਾ ਸਿੱਧਾ ਮੁਕਾਬਲਾ ਟੀਐਮਸੀ ਨਾਲ ਸੀ ਸਭ ਦੀਆਂ ਨਿਗਾ ਇਸ ਦੇ ਉੱਤੇ ਸਨ ਮਮਤਾ ਬੇਨਰਜੀ ਨੇ ਟੀਐਮਸੀ ਨੇ 207 ਸੀਟਾਂ ਹਾਸਲ ਕੀਤੀਆਂ ਨੇ ਤੇ ਭਾਜਪਾ ਨੂੰ ਕਾਫੀ ਪਛਾਹ ਛੱਡ ਦਿੱਤਾ ਇਹ ਮੁਕਾਬਲਾ ਇੰਨਾ ਅਹਿਮ ਜਿਆਦਾ ਸੀ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਮੋਦੀ ਤੇ ਮਮਤਾ ਬੇਨਰਜੀ ਦੇ ਵਿਚਾਲੇ ਸਿੱਧੀ ਟੱਕਰ ਸੀ ਮਮਤਾ ਤੇ ਰਾਹੁਲ ਵਿਚਾਲੇ ਕੌਣ ਪਾਰੀ ਆ ਸੋ ਇਹ ਤਾਂ ਹੁਣ ਕੋਈ ਨਹੀਂ ਦੱਸ ਸਕਦਾ ਪਰ ਪੱਛਮੀ ਬੰਗਾਲ ਵਿੱਚ ਪੱਛਮੀ ਬੰਗਾਲ ਛੱਡ ਸਕੇਗੀ ਦੀਦੀ ਸੋ ਦਰਅਸਲ ਬੰਗਾਲ ਚੋਣਾਂ ਜਿੱਤਣ ਦੇ ਲਈ ਭਾਜਪਾ ਨੇ ਹਮਲਾਵਾਰ ਚੋਣ ਪ੍ਰਚਾਰ ਤੇ ਰਣਨੀਤੀ ਨੂੰ ਪੂਰੀ ਤਾਕਤ ਲਾ ਦਿੱਤੀ ਸੀ ਇਸ ਤੋਂ ਬਾਅਦ ਵੀ ਤੀਜੀ ਵਾਰ ਤ੍ਰਿਣਮੂਲ ਕਾਂਗਰਸ ਜਿੱਤ ਗਈ ਹੈ ਕਰੋਨਾ ਦੇ ਕਾਰਨ ਮੁਲਾਜ਼ਮਾਂ ਨੂੰ ਵੱਡਾ ਝਟਕਾ ਮਹਾਮਾਰੀ ਦੇ ਚੱਲਦਿਆਂ 50% ਤਨਖਾਹਾਂ ਰੋਕੀਆਂ ਗਈਆਂ ਤ੍ਰਿਣਮੂਲ ਦਾ ਵਫਦ ਚੋਣ ਅਧਿਕਾਰੀਆਂ ਨਾਲ ਨੰਦੀਗ੍ਰਾਮ ਦੇ ਵਿੱਚ ਮੋੜ ਚੋਣਾਂ ਦੀ ਗਿਣਤੀ ਲਈ ਕਰੇਗਾ ਮੁਲਾਕਾਤ ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਕੈਪਟਨ ਦੇ ਮੁੱਖ ਸਲਾਹਕਾਰ ਨੇ ਰਾਜਨੀਤੀ ਤੋਂ ਲਿਆ ਸੰਨਿਆਸ ਅਗਲੀ ਵੱਡੀ ਖਬਰ ਹੈ ਜੀ ਮਮਤਾ ਬੇਨਰਜੀ ਨੂੰ ਨੰਦੀਗ੍ਰਾਮ ਦੇ ਸੰਗਰਾਮ ਤੋਂ ਬੀਜੇਪੀ ਦੇ ਛੇਵੇਦੂ ਅਧਿਕਾਰੀ ਨੇ ਦਿੱਤੀ maat ਕੁਝ ਵੋਟਾਂ ਦੇ ਫਰਕ ਨਾਲ ਦੀਦੀ ਨੂੰ ਹਰਾਇਆ ਹਾਂ ਜੀ ਦੋਸਤੋ ਦੀਦੀ ਹਾਰ ਗਈ ਆ ਨੰਦੀਗ੍ਰਾਮ ਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਨੰਦੀਗ੍ਰਾਮ ਭੁੱਲ ਗਏ ਹਾਂ ਸਾਡੇ ਸੰਘਰਸ਼ ਵਿੱਚ ਸਾਨੂੰ ਕੁਝ ਸੀਟਾਂ ਛਡਣੀਆਂ ਪੈਣਗੀਆਂ ਮੈਂ ਨੰਦੀਗ੍ਰਾਮ ਦੇ ਨਤੀਜਿਆਂ ਨੂੰ ਸਬਕਾਰ ਕਰਦੀ ਹਾਂ ਉਹਨਾਂ ਨੇ ਕਿਹਾ ਨੰਦੀਗ੍ਰਾਮ ਦੀ ਚਿੰਤਾ ਨਾ ਕਰੋ ਮੈਂ ਨੰਦੀਗ੍ਰਾਮ ਲਈ ਲੜਿਆ ਜਿਵੇਂ ਮੈਂ ਰੋੜਿਆ ਸੀ ਠੀਕ ਹੈ ਉਸਨੇ ਕਿਹਾ ਕਿ ਨੰਦੀਗ੍ਰਾਮ ਦੇ ਲੋਕਾਂ ਦਾ ਫੈਸਲਾ ਕਰਨ ਦਿਓ ਉਹ ਕੀ ਦੇਣਾ ਚਾਹੁੰਦੇ ਹਨ ਮੈਂ ਉਸ ਨੂੰ ਸਹਿਕਾਰ ਕਰਦੀ ਆ ਮੈਂ ਮੈਨੂੰ ਬੁਰਾ ਮਹਿਸੂਸ ਨਹੀਂ ਹੋਇਆ ਜੂਨੀਅਰ ਇੰਜੀਨੀਅਰ ਦੀਆਂ 612 ਪੋਸਟਾਂ ਦੇ ਲਈ ਖੁੱਲੀ ਭਰਤੀ ਸੋ ਦੋਸਤੋ ਫਿਰ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ppsc.gov.in ਤੇ ਜਾ ਕੇ ਸੋ ਲਾਸਟ ਡੇਟ 19 ਮਈ 2021 ਆ ਦੋਸਤੋ ਤੁਹਾਨੂੰ ਦੱਸ ਦਈਏ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਜਲ ਸਰੋਤ ਵਿਭਾਗ ਤੇ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਜੀ ਦੇ ਸਿਵਲ ਅਹੁਦਿਆਂ ਲਈ ਭਰਤੀ ਦੀ ਐਪਲੀਕੇਸ਼ਨ ਵਿੰਡੋ ਫੇਰ ਖੋਲ੍ਹ ਦਿੱਤੀ ਆ ਅਪਲਾਈ ਕਰੋ ਸਰਕਾਰੀ ਨੌਕਰੀ ਲੱਗੋ ਧੰਨਵਾਦ